ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਐਚ ਕੇ ਫੈਸ਼ਨ ਬੁਟੀਕ 'ਤੇ। ਹੋਰ ਸੁਣਾਓ ਜੀ, ਕਿਵੇਂ ਠੀਕ ਠਾਕ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਫਰੈਂਡ, ਜੋ ਮੇਰੇ ਚੈਨਲ 'ਤੇ ਨਿਊ ਨੇ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਵੀ ਪ੍ਰੈਸ ਕਰ ਦਿਉ, ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ। ਅਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ, ਐਂਡ ਤੱਕ ਦੇਖਿਆ ਕਰੋ ਕਿੱਦਾਂ ਕਿੱਦਾਂ ਦੇ ਡਿਜ਼ਾਈਨ ਨੇ। ਅਤੇ ਅੱਜ ਫਿਰ ਤੁਹਾਡੇ ਲਈ ਬਹੁਤ ਸੋਹਣੇ ਮਸ਼ੀਨੀ ਕਢਾਈ ਵਾਲੇ ਸੂਟ ਲੈ ਕੇ ਆਈ ਹਾਂ, ਬਹੁਤ ਹੀ ਸੋਹਣੇ ਸੋਹਣੇ ਸੂਟ ਨੇ। ਅਤੇ ਤੁਸੀਂ ਇਹ ਆਪਣੇ ਗਰਮੀਆਂ ਦੇ ਕਿਸੇ ਵੀ ਫੈਬਰਿਕ 'ਤੇ ਇਹ ਸੂਟ ਰੈਡੀ ਕਰਵਾ ਸਕਦੇ ਹੋ, ਬਹੁਤ ਹੀ ਜਾਇਜ਼ ਜਾਇਜ਼ ਰੇਟਾਂ 'ਤੇ ਸੂਟ ਰੈਡੀ ਕਰਕੇ ਦੇਵਾਂਗੇ। ਅਤੇ ਜਲਦੀ ਜਲਦੀ ਆਪਣੇ ਔਡਰ ਬੁੱਕ ਕਰਵਾ ਲਓ, ਜਿਨ੍ਹਾਂ ਨੇ ਜੋ ਵੀ ਸੂਟ ਰੈਡੀ ਕਰਵਾਉਣਾ ਪਲੀਜ਼ ਉਹ ਮੈਨੂੰ ਮੇਰੇ ਦਿੱਤੇ ਹੋਏ ਵਟਸਐਪ ਨੰਬਰ 'ਤੇ ਸਕਰੀਨਸ਼ੋਟ ਭੇਜ ਕੇ ਪ੍ਰਾਈਜ਼ ਵੀ ਪੁੱਛ ਸਕਦੇ ਹੋ ਅਤੇ ਆਪਣਾ ਔਡਰ ਵੀ ਬੁੱਕ ਕਰਵਾ ਸਕਦੇ ਹੋ। ਅਤੇ ਦੇਖੋ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਇਨ ਨੇ, ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਅਤੇ ਸੋਬਰ ਜਿਹੇ ਕਲਰ ਨੇ ਸਾਰੇ। ਅਤੇ ਤੁਸੀਂ ਜਿੱਦਾਂ ਦਾ ਵੀ ਤੁਹਾਨੂੰ ਡਿਜ਼ਾਇਨ ਪਸੰਦ ਹੈ, ਜਿਹੜਾ ਵੀ ਤੁਹਾਨੂੰ ਫੈਬਰਿਕ ਪਸੰਦ ਹੈ, ਤੁਸੀਂ ਉਹ ਫੈਬਰਿਕ 'ਤੇ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ। ਜਿੱਦਾਂ ਦਾ ਵੀ ਤੁਹਾਨੂੰ ਡਿਜ਼ਾਇਨ ਪਸੰਦ ਹੈ, ਨੈੱਕ ਵਰਕ, ਘੇਰਾ ਵਰਕ, ਪੈਨਲ ਵਰਕ, ਅਤੇ ਜਿਵੇਂ ਵੀ ਤੁਹਾਨੂੰ ਵਧੀਆ ਲੱਗਦਾ ਹੈ, ਅਤੇ ਬੋਟਮ 'ਤੇ ਵੀ ਤੁਸੀਂ ਆਪਣਾ ਵਰਕ ਕਰਵਾ ਸਕਦੇ ਹੋ। ਅਤੇ ਫਰੋਕ ਸੂਟ ਰੈਡੀ ਕਰਵਾਉਣਾ ਤੁਸੀਂ, ਉਹ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ। ਅਤੇ ਦੁਪੱਟੇ 'ਤੇ ਤੁਸੀਂ ਕੱਟ ਵਰਕ ਕਰਵਾਉਣਾ ਹੈ ਜਾਂ ਤੁਸੀਂ ਲੇਸ ਨਾਲ ਫਿਨਿਸ਼ਿੰਗ ਦੇਣੀ ਹੈ, ਤਾਂ ਤੁਹਾਨੂੰ ਸਾਰਾ ਉਸੇ ਤਰ੍ਹਾਂ ਹੀ ਰੈਡੀ ਕਰਕੇ ਦੇਵਾਂਗੇ ਜਿੱਦਾਂ ਦਾ ਤੁਹਾਨੂੰ ਚਾਹੀਦਾ ਸੂਟ। ਅਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਇਨ ਨੇ, ਅਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਅਤੇ ਪਲੀਜ਼ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਹਾਨੂੰ। ਅਤੇ ਵੀਡੀਓ ਨੂੰ ਤੁਸੀਂ ਪਲੀਜ਼ ਸ਼ੇਅਰ ਵੀ ਕਰ ਦਿਆ ਕਰੋ, ਤਾਂ ਜੋ ਕਿ ਹੋਰ ਵੀ ਮੇਰੀ ਵੀਡੀਓ ਦਾ ਫਾਇਦਾ ਲੈ ਸਕਣ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ, ਸਾਰੇ ਹੀ ਡਿਜ਼ਾਇਨ ਤੁਹਾਨੂੰ ਬਹੁਤ ਪਿਆਰੇ ਲੱਗਣਗੇ, ਬਹੁਤ ਹੀ ਸੋਹਣੇ ਸੋਹਣੇ ਡਿਜ਼ਾਇਨ ਨੇ। ਅਤੇ ਬਾਕੀ ਦੇਖੋ ਸ਼ਰਟਸ 'ਚ ਕਿਤੇ ਕਿਤੇ ਕੋਈ ਕੋਈ ਫਲਾਵਰ ਵੀ ਬਣਿਆ ਹੋਇਆ, ਉਹ ਵੀ ਬਹੁਤ ਸੋਹਣਾ ਲੱਗਦਾ ਹੈ। ਅਤੇ ਪੈਨਲ ਵਰਕ ਵੀ ਬਹੁਤ ਪਿਆਰਾ ਲੱਗਦਾ ਹੈ, ਪਲਾਜ਼ੋ ਨਾਲ ਬਣਾਉਣਾ ਸੂਟ ਜਾਂ ਤੁਸੀਂ ਬੋਟਮ ਨਾਲ ਬਣਾਉਣਾ, ਤੁਸੀਂ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉੱਦਾਂ ਹੀ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ, ਅਤੇ ਪਲੀਜ਼ ਜਲਦੀ ਜਲਦੀ ਆਪਣੀ ਔਡਰ ਬੁੱਕ ਕਰਵਾ ਲਓ। ਅਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਫਰੈਂਡਸ, ਪੇਮੈਂਟ ਔਨਲਾਈਨ ਹੀ ਕੀਤੀ ਜਾਵੇਗੀ। ਅਤੇ ਅਗਰ ਤੁਸੀਂ ਸਟਿਚਿੰਗ ਵੀ ਕਰਵਾਉਣੀ ਹੈ ਤਾਂ ਤੁਸੀਂ ਉਹ ਵੀ ਮੈਨੂੰ ਮੇਰੇ ਨਾਲ ਸਾਰੀ ਡਿਟੇਲ ਦੱਸ ਕੇ ਮੈਨੂੰ ਕੰਟੈਕਟ ਕਰਕੇ ਮੈਨੂੰ ਦੱਸ ਸਕਦੇ ਹੋ, ਤੁਹਾਨੂੰ ਸੂਟ ਸਟਿਚ ਵੀ ਕਰਕੇ ਦਿੱਤਾ ਜਾਊਗਾ ਅਤੇ ਬਹੁਤ ਹੀ ਜਾਇਜ਼ ਜਾਇਜ਼ ਰੇਟਾਂ 'ਤੇ ਸੂਟ ਰੈਡੀ ਕਰਕੇ ਦਿੱਤੇ ਜਾਣਗੇ। ਅਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਅਗਰ ਤੁਸੀਂ ਵੀਡੀਓ 'ਚ ਕੋਈ ਵੀ ਚੇਂਜ ਵਗੈਰਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ। ਅਤੇ ਬਾਕੀ ਫਰੈਂਡਸ, ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਇਨ ਹੈ ਤਾਂ ਤੁਸੀਂ ਉਹ ਵੀ ਮੈਨੂੰ ਕੰਟੈਕਟ ਕਰਕੇ ਦੱਸ ਸਕਦੇ ਹੋ, ਤੁਹਾਨੂੰ ਤੁਹਾਡੀ ਪਸੰਦ ਦਾ ਡਿਜ਼ਾਇਨ ਵੀ ਰੈਡੀ ਕਰਕੇ ਦਿੱਤਾ ਜਾਊਗਾ। ਅਤੇ ਬਾਕੀ ਉਮੀਦ ਹੈ ਮੈਨੂੰ ਕਿ ਇਸ ਡਿਜ਼ਾਇਨ ਤਾਂ ਤੁਹਾਨੂੰ ਸਾਰੇ ਹੀ ਬਹੁਤ ਵਧੀਆ ਲੱਗਣਗੇ। ਅਤੇ ਕੋਈ ਇਹੋ ਜਿਹਾ ਡਿਜ਼ਾਇਨ ਆਪਾਂ ਅਪਲੋਡ ਹੀ ਨਹੀਂ ਕਰਦੇ ਕਿ ਜਿਹੜਾ ਤੁਹਾਨੂੰ ਵਧੀਆ ਨਹੀਂ ਲੱਗਦਾ। ਅਤੇ ਤੁਹਾਡੀ ਡਿਲੀਵਰੀ ਹੈ ਕਿ ਜਿਹੜੀ ਤੁਹਾਨੂੰ ਜਲਦੀ ਤੋਂ ਜਲਦੀ ਡਿਲੀਵਰ ਕਰਵਾ ਦਿੱਤੀ ਜਾਵੇਗੀ। ਅਤੇ ਮੈਨੂੰ ਉਮੀਦ ਹੈ ਕਿ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਅਤੇ ਸੂਟ ਵੀ ਤੁਹਾਨੂੰ ਬਹੁਤ ਪਿਆਰੇ ਲੱਗਣਗੇ।
ਅਤੇ ਕੋਈ ਵੀ ਤੁਸੀਂ ਡਿਜ਼ਾਇਨ 'ਚ ਚੇਂਜਿੰਗ ਚਾਹੁੰਦੇ ਹੋ ਜਾਂ ਤੁਸੀਂ ਫੈਬਰਿਕ 'ਤੇ ਚੇਂਜ ਚਾਹੁੰਦੇ ਹੋ, ਕਲਰ ਚੇਂਜ ਚਾਹੁੰਦੇ ਹੋ, ਅਤੇ ਬਾਕੀ ਤੁਸੀਂ ਦੁਪੱਟਾ ਟਾਈ ਟਾਈ ਕਰਵਾਉਣਾ ਹੈ ਜਾਂ ਸਿੰਪਲ ਟਾਈ ਕਰਵਾਉਣਾ ਹੈ, ਅਤੇ ਜਿੱਦਾਂ ਵੀ ਤੁਸੀਂ ਕਹੋਗੇ ਤੁਹਾਨੂੰ ਉਸੇ ਤਰ੍ਹਾਂ ਦਾ ਹੀ ਸੂਟ ਰੈਡੀ ਕਰਕੇ ਦੇਵਾਂਗੇ, ਅਤੇ ਕੋਈ ਵੀ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਆਊਗਾ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਵੀਡੀਓ ਤੋਂ ਸੰਤੁਸ਼ਟ ਹੋਵੋਗੇ ਅਤੇ ਤੁਸੀਂ ਆਪਣਾ ਸੂਟ ਜਲਦੀ ਜਲਦੀ ਰੈਡੀ ਕਰਵਾ ਲਓ ਫਰੈਂਡਸ। ਅਤੇ ਬਹੁਤ ਹੀ ਸੋਹਣੇ ਗਰਮੀਆਂ ਦੇ ਫੈਬਰਿਕ ਦੇ ਸੂਟ ਬਹੁਤ ਹੀ ਪਿਆਰੇ ਲੱਗਦੇ ਹੈ, ਅਤੇ ਦੁਪੱਟੇ ਤੁਸੀਂ ਆਪਣੀ ਪਸੰਦ ਦੇ ਲਗਵਾ ਸਕਦੇ ਹੋ, ਜਿਹੜਾ ਵੀ ਤੁਹਾਨੂੰ ਦੁਪੱਟਾ ਗਰਮੀਆਂ ਦੇ ਸੀਜ਼ਨ 'ਚ ਤੁਹਾਨੂੰ ਪਹਿਨਣ ਲਈ ਵਧੀਆ ਲੱਗਦਾ ਉਸੇ ਤਰ੍ਹਾਂ ਦਾ ਤੁਸੀਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ। ਅਤੇ ਵੀਡੀਓ ਨੂੰ ਪਲੀਜ਼ ਐਂਡ ਤੱਕ ਵਾਚ ਕਰਿਓ ਅਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਵੀ ਪ੍ਰੈਸ ਕਰਿਓ ਤਾਂ ਜੋ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਅਤੇ ਪਲੀਜ਼ ਸ਼ੇਅਰ ਕਰ ਦਿਓ ਵੀਡੀਓ ਨੂੰ ਡਿਜ਼ਾਇਨ ਜਿਹੜੀ ਸਾਰੀ ਨੇ, ਜਿਹੜਾ ਵੀ ਤੁਸੀਂ ਹਲਕਾ ਹੈ ਵੀ ਜਿੱਦਾਂ ਦਾ ਵੀ ਡਿਜ਼ਾਇਨ ਤੁਹਾਨੂੰ ਪਸੰਦ ਹੈ ਤੁਸੀਂ ਉੱਦਾਂ ਦਾ ਵੀ ਡਿਜ਼ਾਇਨ ਰੈਡੀ ਕਰਵਾ ਸਕਦੇ ਹੋ। ਡਿਜ਼ਾਇਨ ਦੇਖੋ ਜਿਵੇਂ ਵੀ ਕੋਈ ਵੀ ਸੂਟ 'ਤੇ ਡਿਜ਼ਾਇਨ ਹੈ ਉਹਦੇ 'ਚ ਵੀ ਤੁਸੀਂ ਇੱਧਰ ਉੱਧਰ ਕੋਈ ਵੀ ਚੇਂਜ ਕਰਵਾਉਣਾ ਹੈ ਉਹ ਵੀ ਹੋ ਜਾਏਗਾ। ਅਤੇ ਤੁਸੀਂ ਮੇਰੇ ਨਾਲ ਸਾਰੀ ਗੱਲਬਾਤ ਤੁਸੀਂ ਇਸ ਮੈਸੇਜ ਰਾਹੀਂ ਕਰ ਸਕਦੇ ਹੋ ਅਤੇ ਤਾਂ ਜੋ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਅਤੇ ਨਾ ਹੀ ਕੋਈ ਮੈਨੂੰ ਦਿੱਕਤ ਆਵੇ। ਅਤੇ ਤੁਸੀਂ ਪਹਿਲਾਂ ਮੈਨੂੰ ਵਟਸਐਪ ਮੈਸੇਜ ਕਰਿਓ ਅਤੇ ਉਸ ਤੋਂ ਬਾਅਦ ਤਾਂ ਦੇਖੋ ਆਪਣੀ ਗੱਲਬਾਤ ਹੁੰਦੀ ਰਹਿੰਦੀ ਹੈ। ਅਤੇ ਜਲਦੀ ਜਲਦੀ ਆਪਣੇ ਔਡਰ ਬੁੱਕ ਕਰਵਾ ਲਓ ਫਰੈਂਡਸ। ਵੀਡੀਓ ਨੂੰ ਫੁੱਲ ਵਾਚ ਕਰਿਓ ਅਤੇ ਮੈਨੂੰ ਦੱਸਿਓ ਕਿ ਤੁਹਾਨੂੰ ਕਿਹੜੇ ਸੂਟ ਵਧੀਆ ਲੱਗੇ ਨੇ, ਕਿਹੜਾ ਡਿਜ਼ਾਇਨ ਤੁਹਾਨੂੰ ਸਭ ਤੋਂ ਬੈਸਟ ਲੱਗਿਆ। ਅਤੇ ਅਗਰ ਤੁਸੀਂ ਸੂਟਾਂ 'ਤੇ ਪੇਂਟਿੰਗ ਵੀ ਕਰਵਾਉਣੀ ਹੈ ਤਾਂ ਫਰੈਂਡਸ ਪੇਂਟਿੰਗ ਵਾਲੀ ਵੀਡੀਓਜ਼ ਵੀ ਮੇਰੀ ਅਪਲੋਡ ਕੀਤੀ ਹੋਈ ਹੈ, ਤੁਸੀਂ ਮੇਰੇ ਨਾਲ ਉਸ ਵੀਡੀਓ 'ਤੇ ਜਾ ਕੇ ਦੇਖ ਕੇ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ। ਅਤੇ ਆਪਣਾ ਸੂਟ ਪੇਂਟਿੰਗ ਕਰਵਾਉਣਾ ਤਾਂ ਤੁਸੀਂ ਪੇਂਟਿੰਗ ਵੀ ਕਰਵਾ ਸਕਦੇ ਹੋ, ਬਹੁਤ ਹੀ ਸੋਹਣੇ ਸੋਹਣੇ ਪੇਂਟਿੰਗ ਵਾਲੇ ਡਿਜ਼ਾਇਨ ਵੀ ਨੇ। ਤੁਸੀਂ ਉਹ ਮੇਰੇ ਯੂਟਿਊਬ ਚੈਨਲ 'ਤੇ ਜਾ ਕੇ ਵੀਡੀਓ ਚੈੱਕ ਕਰ ਸਕਦੇ ਹੋ, ਪੇਂਟਿੰਗ ਵਾਲੇ ਬਹੁਤ ਸੋਹਣੇ ਸੋਹਣੇ ਡਿਜ਼ਾਇਨ ਨੇ। ਗਰਮੀਆਂ 'ਚ ਪੇਂਟਿੰਗ ਵਾਲੇ ਸੂਟ ਵੀ ਬਹੁਤ ਹਲਕੇ ਫੁਲਕੇ ਪਹਿਨਣ ਲਈ ਵਧੀਆ ਲੱਗਦੇ ਆ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਅਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਅਤੇ ਕਮੈਂਟ ਕਰਕੇ ਵੀ ਦੱਸੋ ਅਤੇ ਜਲਦੀ ਜਲਦੀ ਔਡਰ ਬੁੱਕ ਕਰਵਾ ਲਓ ਫਰੈਂਡਸ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਉਹ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਫਰੈਂਡਸ, ਥੈਂਕ ਯੂ ਸੋ ਮੱਚ।